वाहिगुरु जी का खालसा, वाहिगुरु जी की फतेह। मैं निमाणा दास गुरबख्श सिंह खालसा हरियाणा बेनती करदा संगतां नूं भाई कि जिहड़ा आपां इह प्रोग्राम रखिया, जिहड़ा इह संघर्ष आरंभ कीता है, इहदा मुख मस्तक है कि जो सिंह लंबे समें तों जेलां 'च बंद ने, जिन्हां ने अपनियां सजावां तों भी 5-5, 6-6 साल वध कट ले ने, उन्हां दी रिहाई दे मुद्दे नूं लै के ਇਹ ਨਿਮਾਣੇ ਦਾਸ ਨੇ ਪ੍ਰੋਗਰਾਮ ਉਲੀਕਿਆ ਹੈ ਕਿ ਜਦ ਤੱਕ ਸਰਕਾਰ ਇਹਨਾਂ ਸਿੰਘਾਂ ਨੂੰ ਰਿਹਾਅ ਨਹੀਂ ਕਰਦੀ, ਉਨੀ ਦੇਰ ਤੱਕ ਕੀਤੀ ਹੋਈ ਅਰਦਾਸ ਦਾ ਪਰਨ ਨਿਭਾਉਣ ਦਾ ਯਤਨ ਕਰਾਂਗੇ। ਜਾਂ ਤਾਂ ਸਿੰਘਾਂ ਨੂੰ ਰਿਹਾਈ ਮਿਲੇਗੀ ਅਤੇ ਜਾਂ ਨਿਮਾਣਾ ਦਾਸ ਵੀ ਕੌਮ ਦੀ ਭੇਟ ਚੜ੍ਹੇਗਾ। ਮੇਰੇ ਸਾਰੀ ਦੁਨੀਆ ਨੂੰ, ਸਿੱਖ ਜਗਤ ਨੂੰ, ਦੇਸ਼ ਵਿਦੇਸ਼ ਵਿੱਚ ਇਹ ਬੇਨਤੀ ਹੱਥ ਜੋੜ ਕੇ, ਜਿੱਥੇ ਜਿੱਥੇ ਵੀ ਜਗਤ ਦੇ ਵਿੱਚ ਗੁਰੂ ਪਿਆਰਾ ਵੱਸਦਾ ਹੈ, ਇਸ ਪ੍ਰੋਗਰਾਮ ਨੂੰ ਚੜ੍ਹਦੀ ਕਲਾ ਵਾਸਤੇ ਆਪਾਂ ਵੱਧ ਤੋਂ ਵੱਧ ਨਿਤਨੇਮ ਬਾਣੀਆਂ ਪੜ੍ਹੀਏ ਅਤੇ ਅਰਦਾਸ ਕਰੀਏ। ਗੁਰੂ ਕਿਰਪਾ ਕਰੇ, ਸਾਡੀ ਕੌਮ ਨੂੰ ਸਮਤ ਬਖਸ਼ਿਸ਼ ਕਰੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਦੇ ਵਿਚਾਰਾਂ ਦੇ ਨਾਲ ਜੁੜ ਕੇ ਜੋ ਉਹਨਾਂ ਦੇ ਨਾਲ ਅਸੀਂ ਪ੍ਰਣ ਕੀਤੇ ਹੋਏ ਹਨ, ਉਹਨਾਂ ਦੀ ਪੂਰਤੀ ਵਾਸਤੇ ਵੱਧ ਚੜ੍ਹ ਕੇ ਇਸ ਸੰਘਰਸ਼ ਨੂੰ ਵੱਧ ਤੋਂ ਵੱਧ ਸੰਯੋਗ ਬਖਸ਼ਿਸ਼ ਕਰੀਏ। ਸੰਗਤਾਂ ਨੂੰ ਬੇਨਤੀ ਆ ਭਾਈ, ਜਿੱਥੇ ਜਿੱਥੇ ਵੱਸਦੇ ਹੋ ਵੱਧ ਤੋਂ ਵੱਧ ਬਾਣੀ ਪੜ੍ਹੋ ਅਤੇ ਅਰਦਾਸ ਕਰੋ ਆਪਣੀ ਕੌਮ ਦੀ ਚੜ੍ਹਦੀ ਕਲਾ ਵਾਸਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਭ ਕਰਮਨ ਤੇ ਕਬੂ ਨਾ ਟਰੋ, ਨਾ ਡਰੋ ਅਰਸੋ ਜਬ ਜਾਏ।